ਜਬਜੀ ਸਾਹਿਬ ਦੀ 3ਵੀਂ ਬਾਣੀ ਜਿਹੜੇ ਚ ਇੱਕ ਪੰਕਤੀ ਆਉਂਦੀ ਹੈ ਕਿ ਏਕਾ ਮਾਈ ਜੁਗਤ ਵਿਆਹੀ ਤਿੰਨ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀਵਾਨ ਉਹਦੇ ਵਿੱਚ ਉਸ ਨੇ ਜਿਹੜਾ ਭੰਡਾਰ ਦਾ ਲਫ਼ਜ਼ ਹੈ ਜਿਹੜਾ ਉਹਦੇ ਅਰਥ ਉਹਨੇ ਮੋਦੀ ਦੇ ਕੱਢ ਕੇ ਦੱਸੇ ਨੇ ਇੱਥੇ ਮੋਦੀ ਦਾ ਅਰਥ ਮੋਦੀ ਖਾਨੇ ਵਾਲਾ ਮਤਲਬ ਭੰਡਾਰੀ ਜਿਹੜਾ ਸਾਰੇ ਭੰਡਾਰ ਦਾ ਮਾਲਕ ਹੈ ਵਾਹ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਇੱਕ ਸੋਸ਼ਲ ਨੈਟਵਰਕ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵੀਰ ਵੱਲੋਂ ਵੀਡੀਓ ਬਣਾਈ ਗਈ ਪਤਾ ਨਹੀਂ ਉਹ ਹਕੀਮ ਨੋਰਾਤਾ ਹੋਰੇ ਪਿਛੇ ਪਰ ਉਸ ਵੀਡੀਓ ਦੇ ਵਿੱਚ ਉਸ ਵੀਰ ਨੇ ਜਪਜੀ ਸਾਹਿਬ ਦੀ ਤੀਵੀਂ ਪੋੜੀ ਜਿਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਏਕਾ ਮਾਈ ਜੁਗਤ ਵਿਆਹੀ ਤਿੰਨ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਉਹਦੇ ਵਿੱਚ ਉਸ ਨੇ ਜਿਹੜਾ ਭੰਡਾਰ ਦਾ ਲਫ਼ਜ਼ ਹੈ ਜਿਹੜਾ ਉਹਦੇ ਅਰਥ ਉਹਨੇ ਮੋਦੀ ਦੇ ਕੱਢ ਕੇ ਦੱਸੇ ਨੇ ਜਿਹੜਾ ਇੱਕ ਐਪ ਆਉਂਦੀ ਹੈ ਸਿੱਖ ਵਰਡ ਉਹਦੇ ਵਿੱਚ ਉਹਨੇ ਹਵਾਲਾ ਦੇ ਕੇ ਤੇ ਐਪ ਵਾਲਿਆਂ ਨੂੰ ਇੱਕ ਇਲਜ਼ਾਮ ਲਾਇਆ ਕਿ ਆਰ ਐਸ ਐਸ ਦੇ ਨਾਲ ਉਹਨੇ ਰਲ ਕੇ ਮੋਦੀ ਦਾ ਨਾਮ ਜੋਕੇ ਇਸ ਪੰਕਤੀ ਦੇ ਵਿੱਚ ਫਿੱਟ ਕੀਤਾ ਗਿਆ ਜਿਹੜੇ ਉਹਨੇ ਅਰਥ ਕੀਤੇ ਆ ਉਹਦੇ ਵਿੱਚ ਮੋਦੀ ਦਾ ਨਾਮ ਵਰਤਿਆ ਗਿਆ ਸਾਡੇ ਨਾਲ ਇਸ ਸਮੇਂ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਫਤੇਗੜ ਸਾਹਿਬ ਵਾਲੇ ਜੁੜ ਚੁੱਕੇ ਨੇ ਅਸੀਂ ਉਹਨਾਂ ਨੂੰ ਪੁੱਛਣ ਦਾ ਯਤਨ ਕਰਾਂਗੇ ਕਿ ਇਸ ਪੰਕਤੀ ਦੇ ਅਸਲ ਅਰਥ ਕੀ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਉਪਦੇਸ਼ ਹੈ ਸਤਗੁਰ ਜੀ ਦਾ ਔਰ ਗੁਰੂ ਸਾਹਿਬ ਜੀ ਜਦੋਂ ਬਾਣੀ ਦੇ ਅੰਦਰ ਗਿਆਨ ਦਿੰਦੇ ਨੇ ਉਪਦੇਸ਼ ਦਿੰਦੇ ਆ ਤੇ ਜਿਹੜੀਆਂ ਲੋਕੋਕਤਰੀਆਂ ਨੇ ਜਾਂ ਦੰਦ ਕਥਾਵਾਂ ਨੇ ਜਾਂ ਲੋਕਾਂ ਵਿੱਚ ਪ੍ਰਚਲਿਤ ਕਥਾਵਾਂ ਨੇ ਜਾਂ ਇੱਥੋਂ ਤੱਕ ਕਿ ਪ੍ਰਾਣਿਕ ਕਹਾਣੀਆਂ ਨੇ ਉਹਨਾਂ ਨੂੰ ਵੀ ਸਤਗੁਰ ਜੀ ਵਰਤਦੇ ਨੇ ਕਿਉਂਕਿ ਲੋਕਾਂ ਦੇ ਜਿਹਨ ਵਿੱਚ ਵਸੀਆਂ ਹੋਈਆਂ ਗੱਲਾਂ ਨੇ ਤੇ ਉਹਨਾਂ ਗੱਲਾਂ ਦਾ ਕਈ ਵਾਰੀ ਉਪਦੇਸ਼ ਰੂਪ ਵਿੱਚ ਵੀ ਸਾਨੂੰ ਉਹਦੇ ਤਰੀਕੇ ਨੇ ਵਰਤਣ ਦੇ ਆਪਾਂ ਮਿਸਾਲ ਦੇ ਤੌਰ ਤੇ ਜਦੋਂ ਗੱਲ ਕਰਦੇ ਆ ਜੋਗੀਆਂ ਦੀ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਹਾਂ ਆਓ ਜੋਗੀ ਬਣੀਏ ਪਰ ਜੋਗੀ ਕਿਸ ਤਰ੍ਹਾਂ ਦਾ ਹੋਵੇ ਕੱਚ ਦੀਆਂ ਮੁੰਦਾ ਪਾ ਕੇ ਨਹੀਂ ਮੁੰਦਾ ਸੰਤੋਖ ਸ਼ਰਮ ਪਾ ਚੋਲੀ ਵਾਲਾ ਹੋਵੇ ਇਹ ਹੈ ਗੁਰੂ ਸਾਹਿਬ ਜੀ ਦੇ ਸਮਝਾਉਣ ਦਾ ਤਰੀਕਾ ਕਿ ਉਹ ਨੈਗੇਟਿਵ ਪੱਖ ਨਹੀਂ ਵੇਖਦੇ ਬਲਕਿ ਉਸਾਰੂ ਸੋਚ ਦੇ ਨਾਲ ਬੜੇ ਪੋਜੀਟਿਵ ਤਰੀਕੇ ਨਾਲ ਸਕਾਰਾਤਮਕ ਤਰੀਕੇ ਦੇ ਨਾਲ ਸਾਡੀ ਮੈਂਟੈਲਿਟੀ ਨੂੰ ਜਿਹੜਾ ਉਹ ਗੁਰਮਤ ਦੇ ਰੰਗ ਚ ਰੰਗਦੇ ਆ ਸੋ ਇਸੇ ਤਰ੍ਹਾਂ ਇਹ ਪਵਿੱਤਰ ਪੰਕਤੀ ਹੈ ਲੋਕਾਂ ਦੇ ਅੰਦਰ ਇੱਕ ਰਵਾਇਤ ਪ੍ਰਚਲਿਤ ਹੈ ਕਿ ਇਸ ਧਰਤੀ ਨੂੰ ਸਾਜ ਕੇ ਸਾਜਣ ਵਾਲਾ ਜਿਹੜਾ ਉਹ ਵਖਰੇ ਹੈ ਇਹਨੂੰ ਪਾਲਣ ਵਾਲਾ ਜਿਹੜਾ ਉਹ ਵਖਰੇ ਹੈ ਇਹਨੂੰ ਮਾਰਨ ਵਾਲਾ ਜਿਹੜਾ ਉਹ ਵਖਰੇ ਹੈ ਤੋਂ ਇਹ ਕਹਿੰਦੇ ਆ ਕਿ ਬ੍ਰਹਮਾ ਪਾਲਣ ਪੈਦਾ ਕਰਨ ਵਾਲਾ ਹੈ ਵਿਸ਼ਨੂੰ ਜਿਹੜਾ ਹੈ ਉਹ ਇਹ ਦੀ ਜਿਹੜੀ ਦੇਖਰੇਖ ਕਰਨ ਵਾਲਾ ਇਹਨੂੰ ਪੈਦਾ ਕਰਨ ਤੋਂ ਬਾਅਦ ਜਿਹੜਾ ਉਹ ਪਾਲ ਰਿਹਾ ਪੈਦਾ ਬ੍ਰਹਮਾ ਨੇ ਕੀਤਾ ਤੋਂ ਜਿਹੜਾ ਸ਼ਿਵ ਹੈ ਉਹ ਇਹਨੂੰ ਮਾਰਨ ਦਾ ਕੰਮ ਕਰ ਰਿਹਾ ਤੋਂ ਗੁਰਮਤ ਦੇ ਅੰਦਰ ਸਤਗੁਰੂ ਜੀ ਕਹਿੰਦੇ ਵੀ ਇਹ ਕਹਾਣੀਆਂ ਨੇ ਲੋਕਾਂ ਦੇ ਮਨਾਂ 'ਚ ਪ੍ਰਚਲਿਤ ਹੈ ਵੀ ਇੱਕ ਮਾਈ ਜੁਗਤ ਵਿਆਹੀ ਤੈਂ ਚਲੇ ਪ੍ਰਵਾਨਿਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀਵਾਨ ਤੋਂ ਇੱਕ ਸੰਸਾਰ ਨੂੰ ਪੈਦਾ ਕਰ ਰਿਹਾ ਇੱਕ ਭੰਡਾਰੀ ਮਤਲਬ ਭੰਡਾਰ ਦਾ ਮਾਲਕ ਹੈ ਤੇ ਇੱਕ ਲੈ ਕਰਨ ਵਾਲਾ ਮਾਰਨ ਵਾਲਾ ਪਰ ਅਚਰਜ ਗੱਲ ਇਹ ਹੈ ਵੀ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵੇਡਾਂ ਕਿ ਇਹ ਵਾਹਿਗੁਰੂ ਜੀ ਬਾਰੇ ਕੁਝ ਵੀ ਨਹੀਂ ਜਾਣਦੇ ਕਰਤਾਰਪੁਰ ਖਵਾਈ ਗੁਰ ਨਰੰਗਕਰ ਸਭ ਕੁਝ ਕਰਨ ਵਾਲਾ ਸੋ ਗੁਰਮਤ ਸਾਨੂੰ ਇਹ ਸਖਾਂਦੀ ਹੈ ਵੀ ਹਰਬਿੰਨ ਕੋ ਮਾਰ ਜਵਾਲ ਨਾ ਸਕੈ ਗੁਰਮਤ ਇਹ ਸਖਾਂਦੀ ਹੈ ਵੀ ਪ੍ਰਤਪਾਲਾ ਪਿਆਉ ਦੇ ਕਾਸ਼ੂਨ ਨਾ ਹੋਈ ਗੁਰਮਤ ਇਹ ਸਖਾਂਦੀ ਹੈ ਕਿ ਰਿਜਕ ਸੰਭਾਉਣ ਵਾਲਾ ਜਿਹੜਾ ਉਹ ਵਾਹਿਗੁਰੂ ਆਪ ਹੈ ਸੋ ਇੱਥੇ ਜਿਹੜਾ ਪੰਡਾਰੀ ਸ਼ਬਦ ਦੇ ਅਰਥ ਨੇ ਜਿਹਦੇ ਤੋਂ ਸਾਰੀ ਇਹ ਚਰਚਾ ਛਿੜੀ ਹੈ ਔਰ ਕਈ ਤਰ੍ਹਾਂ ਦੇ ਮੈਨੂੰ ਨਹੀਂ ਪਤਾ ਇਹ ਐਪ ਕਿੰਨੇ ਬਣਾਈ ਹੈ ਤੇ ਕਿਹਦੇ ਨਾਲ ਮਿਲ ਕੇ ਬਣਾਈ ਹੈ ਜਾਂ ਕਿਸ ਮਨੋਰਥ ਨਾਲ ਬਣਾਈ ਹੈ ਮੈਨੂੰ ਇਸ ਗੱਲ ਨਾਲ ਨਹੀਂ ਕੋਈ ਮਤਲਬ ਨਾ ਹੀ ਮੈਂ ਇੱਥੇ ਕਿਸੇ ਨੂੰ ਬਰੀ ਕਰ ਰਿਹਾ ਨਾ ਹੀ ਕਿਸੇ ਨੂੰ ਦੋਸ਼ੀ ਠਹਿਰਾ ਰਿਹਾ ਪਰ ਮੈਂ ਸੰਗਤ ਨੂੰ ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਜਰੂਰ ਬੇਨਤੀ ਕਰਦਾ ਕਿ ਹਰ ਗੱਲ ਨੂੰ ਆਪਾਂ ਦੁਬਦਾ ਕ੍ਰੀਏਟ ਕਰਨ ਵਾਸਤੇ ਨਾ ਵਰਤੀਏ ਦੁਬਦਾ ਵਿੱਚ ਨਾ ਪਈਏ ਇਸ਼ੂ ਨਾ ਬਣਾਈਏ ਪੰਡਾਰੀ ਸ਼ਬਦ ਦਾ ਅਰਥ ਹੁੰਦਾ ਹੈ ਪੰਡਾਰ ਜਿਹਦੇ ਕੋਲ ਸਟਾਕ ਹੈ ਕੰਟਰੋਲ ਹੈ ਪਦਾਰਥਾਂ ਦਾ ਸ਼ਬਦ ਵਰਤਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਕਿ ਉਹ ਮੋਦੀ ਖਾਨੇ ਦੇ ਮੋਦੀ ਲੱਗੇ ਜਿੰਨੂੰ ਅੱਜ ਅਸੀਂ ਅੱਜ ਦੇ ਸ਼ਬਦਾਂ 'ਚ ਕਹਿੰਦੇ ਕਿ ਗੁਰਦੁਆਰੇ ਦਾ ਸਟੋਰ ਕੀਪਰ ਜਾਂ ਕਿਸੇ ਵੀ ਜਗ੍ਹਾ ਦਾ ਸਟੋਰ ਦਾ ਇੰਚਾਰਜ ਅੱਜ ਵੀ ਜਿਹੜੀਆਂ ਰਵਾਇਤੀ ਭਾਸ਼ਾ ਹੈ ਨੇ ਤੁਸੀਂ ਗੁਰੂ ਘਰਾਂ ਦੇ ਅੰਦਰ ਜਾ ਕੇ ਵੇਖੋਗੇ ਉੱਥੇ ਇਹ ਸ਼ਬਦ ਵਰਤਿਆ ਜਾਂਦਾ ਹੈ ਕਿ ਮੋਦੀ ਸਾਹਿਬ ਕਿੱਥੇ ਨੇ ਮਤਲਬ ਇਹ ਨਹੀਂ ਹੁੰਦਾ ਕਿ ਮੋਦੀ ਕਿਸੇ ਬੰਦੇ ਦਾ ਹੀ ਨਾਮ ਹੈ ਵੈਸੇ ਜੇ ਨਾਮ ਦੇ ਤੌਰ ਤੇ ਵੀ ਗੱਲ ਕਰੀਏ ਤੇ ਬਾਣੀ ਵਿੱਚ ਹਰੀ ਸ਼ੰਕਰ RAM ਬਯੰਤ ਐਸੇ ਨਾਮ ਨੇ ਮਨਮੋਹਨ ਮੋਹ ਲੈਣ ਵਾਲਾ ਮੁਹਰੀ ਇਦਾਂ ਦੇ ਜਿਹੜਾ ਜਿਹੜੇ ਨਾਮ ਨੇ ਉਹ ਬਹੁਤ ਸਾਰੇ ਕਿਤੇ ਕਿਤੇ ਨਾਮ ਉਹ ਪੁਰਖਾਂ ਦੇ ਲਖਾਇਕ ਵੀ ਨੇ ਜਦੋਂ ਜ਼ਿਕਰ ਹੁੰਦਾ RAM ਗਏ ਰਾਵਣ ਗਏ ਤੇ ਕਿਤੇ ਕਿਤੇ ਉਹ ਕਰਤਾ ਪੁਰਖ ਵਾਹਿਗੁਰੂ ਜੀ ਵਾਸਤੇ ਵੀ ਵਰਤੇ ਹੋਏ ਆ ਸੋ ਇਹਨਾਂ ਗੱਲਾਂ ਨੂੰ ਇਸ਼ੂ ਬਣਾ ਕੇ ਦੁਬਦਾ ਕ੍ਰੀਏਟ ਨਾ ਕਰੀਏ ਦੁਬਦਾ ਵਿੱਚ ਨਾ ਪਈਏ ਇੱਥੇ ਮੋਦੀ ਦਾ ਅਰਥ ਮੋਦੀ ਖਾਨੇ ਵਾਲਾ ਮਤਲਬ ਭੰਡਾਰੀ ਜਿਹੜਾ ਸਾਰੇ ਭੰਡਾਰ ਦਾ ਮਾਲਕ ਹੈ ਨਾ ਤੇ ਇਹਨਾਂ ਲੋਕਾਂ ਦਾ ਉਸ ਵੇਲੇ ਪਾਪਾ ਵੀ ਜੰਮਿਆ ਸੀ ਜਦੋਂ ਇਹ ਪਵਿੱਤਰ ਸ਼ਬਦ ਵਰਤੇ ਗਏ ਤੇ ਨਾ ਹੀ ਕੋਈ ਇਦਾਂ ਦੀ ਸੋਚ ਸੀ ਹਾ ਹਰ ਇਲਾਕੇ ਦੀ ਕੋਈ ਖੇਤਰੀ ਭਾਸ਼ਾ ਹੁੰਦੀ ਹੈ ਤੇ ਉਹ ਖੇਤਰੀ ਭਾਸ਼ਾ ਦੇ ਅਨੁਸਾਰ ਵੀ ਉਹ ਜਿਹੜੇ ਬੋਲ ਵਰਤੇ ਜਾਂਦੇ ਹੁੰਦੇ ਅੱਖਰ ਵਰਤੇ ਜਾਂਦੇ ਹੁੰਦੇ ਆ ਤੇ ਉਹ ਜੇ ਕਿਸੇ ਨਾਲ ਸਬੱਬ ਨਾਲ ਨਾਂ ਨਾਲ ਜੁੜਦੇ ਆ ਤੇ ਮਤਲਬ ਇਹ ਨਹੀਂ ਹੈ ਕਿ ਗੁਰਬਾਣੀ ਦੇ ਅੰਦਰ ਕਿਸੇ ਬੰਦੇ ਬਾਰੇ ਗੱਲ ਕੀਤੀ ਹੋਈ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਤੇ ਇਹਨੂੰ ਬ੍ਰह्म ਵਿਚਾਰ ਦੇ ਰੂਪ ਵਿੱਚ ਹੀ ਸਾਨੂੰ ਲੈਣ ਦੀ ਲੋੜ ਹੈ ਇਹ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਵਰਨਾ ਕੋਈ ਇਨੂੰ ਅੱਜ ਦੇ ਸੰਦਰਭ ਵਿੱਚ ਕੇ ਇਹਦੇ ਵਿੱਚੋਂ ਕਿਸੇ ਬੰਦੇ ਦੀ ਬੂਹ ਆਉਂਦੀ ਆ ਜਾਂ ਇਹਦੇ ਅਰਥ ਕਿਦਾਂ ਕੀਤੇ ਜਾ ਰਹੇ ਆ ਇਹਦੇ ਨਾਲ ਆਪਣੀ ਛੋਟੀ ਸੋਚ ਦਾ ਪ੍ਰਗਟਾਵਾ ਨਾ ਕਰੀਏ ਮੇਰੀ ਹੱਥ ਜੋੜ ਕੇ ਬੇਨਤੀ ਆ ਇਸ ਦੁਬਧਾ ਵਿੱਚੋਂ ਬਾਹਰ ਨਿਕਲੋ ਭੰਡਾਰੀ ਨੂੰ ਕੋਈ ਸਟੋਰ ਕੀਪਰ ਕਹ ਦੇ ਭੰਡਾਰੀ ਨੂੰ ਕੋਈ ਇਨਚਾਰਜ ਕਹ ਦੇ ਜਾਂ ਭੰਡਾਰੀ ਨੂੰ ਕੋਈ ਮੋਦੀ ਖਾਨੇ ਦਾ ਮੋਦੀ ਕਹ ਦੇ ਉਹ ਸ਼ਬਦ ਵੱਖਰੇ ਵੱਖਰੇ ਹੋ ਸਕਦੇ ਆ ਅਰਥੋਂ ਦਾ ਇੱਕੋ ਹੀ ਹੈ ਤੇ ਉਹਦੀ ਭਾਵਨਾ ਨੂੰ ਸ਼ਬਦ ਦੀ ਨੂੰ ਸਮਝਿਓ ਨਾ ਕਿਸੇ ਦੇਵੀ ਦੇਵਤੇ ਨਾਲ ਜੋੜਿਆ ਗਿਆ ਤੇ ਨਾ ਹੀ ਕਿਸੇ ਅੱਜ ਦੇ ਮਨੁੱਖ ਬਾਰੇ ਗੱਲ ਕੀਤੀ ਗਈ ਸੋ ਇਹ ਬੇਨਤੀ ਜਿਹੜੀ ਹੈ ਜਰੂਰ ਸਮਝਣ ਦਾ ਯਤਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ